ਫੁਗਵਾੜਾ ਪੁਲਿਸ ਲਈ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਖਾਸਾ ਹੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਸਨ, ਜਿਸ 'ਤੇ ਵਿਰਾਮ ਚਿੰਨ੍ਹ ਲਗਾਉਂਦੇ ਹੋਏ ਫੁਗਵਾੜਾ ਪੁਲਿਸ ਨੇ ਪੌਸ਼ ਏਰੀਏ ਹਰਗੋਬਿੰਦ ਨਗਰ ਵਿਖੇ ਬੀਤੇ ਦਿਨੀ ਹੋਈ ਸੇਠੀ ਮੈਡੀਕੋਜ਼ ਦੀ ਦੁਕਾਨ 'ਤੇ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਤੋਂ ਪਹਿਲਾਂ ਲੁਟੇਰਿਆਂ ਨੇ ਬਾਂਸਲ ਮੈਡੀਕਲ ਸਟੋਰ 'ਤੇ ਵੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਨੂੰ ਕਪੂਰਥਲਾ ਦੀ ਪੁਲਿਸ ਨੇ ਕਾਬੂ ਕਰ ਲਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SP ਫੁਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸੇਠੀ ਮੈਡੀਕੋਜ਼ ਵਿਖੇ ਹੋਈ ਲੁੱਟ ਪੁਲਿਸ ਲਈ ਹੱਲ ਕਰਨਾ ਇੱਕ ਚੈਲੰਜ ਸੀ ਅਤੇ ਇਸ ਚੈਲੰਜ ਨੂੰ ਪੁਲਿਸ ਨੇ ਪੂਰਾ ਕਰ ਦਿਖਾਇਆ ਹੈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਨੂੰ ਥਾਣਾ ਸਿਟੀ ਦੇ SHO ਜਤਿੰਦਰ ਕੁਮਾਰ ਨੇ ਵੱਖ ਵੱਖ ਐਂਗਲਾਂ 'ਤੇ ਕੰਮ ਕਰਨ ਤੋਂ ਬਾਅਦ ਇਸ ਕੇਸ ਦੇ ਮੁੱਖ ਦੋ ਦੋਸ਼ੀਆਂ ਨੂੰ ਬਸਰਾ ਪੈਲਸ ਬੰਗਾ ਰੋਡ 'ਤੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਮੁੰਨਾ ਕੁਮਾਰ ਉਰਫ ਰਾਵਨ, ਪੁੱਤਰ ਛੋਟੂ ਕੁਮਾਰ ਵਾਸੀ ਜਗਤ ਰਾਮ ਸੂੰਡ ਕਲੋਨੀ ਫਗਵਾੜਾ ਅਤੇ ਅਮਿਤ ਕੁਮਾਰ ਉਰਫ ਅੰਬਾ, ਪੁੱਤਰ ਬਿੱਟੂ ਵਾਸੀ ਪਲਾਹੀਗੇਟ ਫਗਵਾੜਾ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਹੈ, ਜਿਨ੍ਹਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਇੱਕ ਜਿਹੜੀ ਜੀ 14 ਸਤੰਬਰ ਨੂੰ ਸੇਠੀ ਮੈਡੀਕਲ ਸਟੋਰ ਦੇ ਉੱਪਰ ਇੱਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਕੁਛ ਮੁਜਰਮਾਂ ਵੱਲੋਂ। ਉਹਦੇ ਸੰਬੰਧ ਦੇ ਵਿੱਚ ਜੀ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ FIR ਰਜਿਸਟਰ ਕੀਤੀ ਗਈ, FIR 205 303 Section 2 BNS ਦੇ ਤਹਿਤ ਸਿਟੀ ਫਗਵਾੜਾ ਵਿੱਚ। ਇਮੀਜੀਏਟਲੀ ਮੌਕੇ 'ਤੇ ਸਾਡੀਆਂ ਟੀਮਾਂ ਪਹੁੰਚੀਆਂ, ਮੌਕੇ 'ਤੇ ਸਾਡੇ DSP ਸਾਹਿਬ ਜਸਪ੍ਰੀਤ ਸਿੰਘ ਉਹ ਵੀ ਪਹੁੰਚੇ। ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ, ਜੋ ਵੀ ਇਨਪੁੱਟ ਸਾਨੂੰ ਉੱਥੋਂ ਮੌਕੇ ਤੋਂ ਮਿਲੀਆਂ, ਕਿਉਂਕਿ CCTV ਫੁਟੇਜ ਵਗੈਰਾ ਨਹੀਂ ਸੀ, ਪਰ ਜੋ ਵੀ ਗੁਲੀਆਂ ਵਗੈਰਾ ਜਿਵੇਂ ਦੇ ਵੀ ਸਾਨੂੰ ਇਨਪੁੱਟਸ ਮਿਲੇ, ਨੇੜੇ ਤੇੜੇ ਦੇ ਸਾਨੂੰ ਏਰੀਆ 'ਚ ਕੁਛ ਸ਼ੱਕੀ ਜਿਹੜੇ ਮੋਟਰਸਾਈਕਲ 'ਤੇ ਵਿਅਕਤੀ ਮਿਲੇ, ਉਹਨਾਂ ਦੀ ਲੀਡਸ ਦੇ ਉੱਪਰ ਔਰ ਆਪਣੀ ਸੋਰਸਿਸ ਨੂੰ ਅਸੀਂ ਫੋਲੋ ਕਰਦੇ ਹੋਏ ਟੈਕਨੀਕਲ ਇਨਪੁੱਟ ਵੀ ਲਈ, ਅਤੇ ਬਹੁਤ ਹੀ ਮਿਹਨਤ ਕਰਦੇ ਹੋਏ DSP ਸਾਹਿਬ ਔਰ ਸਾਡੇ SHO ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ, ਇਹ ਗ੍ਰਿਫਤਾਰ ਕਰ ਲਏ ਗਏ ਨੇ। ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਰਫ ਰਾਵਣ, ਇਹ ਸੂੰਡ ਕਲੋਨੀ ਫਗਵਾੜਾ ਦਾ ਰਹਿਣ ਵਾਲਾ ਹੈ, ਅਤੇ ਅਮਿਤ ਕੁਮਾਰ ਉਰਫ ਅੰਬਾ, ਇਹ ਪਲਾਹੀ ਗੇਟ ਦਾ ਰਹਿਣ ਵਾਲਾ ਹੈ। ਇਹਦੇ ਵਿੱਚ ਜੀ ਜਿਹੜਾ ਮੁੰਨਾ ਹੈ ਇਹਦਾ ਬਹੁਤ ਹੀ ਕ੍ਰਿਮੀਨਲ ਟਰੈਕ ਰਿਕਾਰਡ ਪੁਰਾਣਾ ਹੈਗਾ, ਜਿਹਦੇ 'ਤੇ 4 ਪਰਚੇ ਪਹਿਲਾਂ ਵੀ ਚੋਰੀ ਦੇ ਔਰ ਉਹਦੇ ਸਨੈਚਿੰਗ ਦੇ ਹੈਗੇ ਨੇ, ਔਰ NDPS ਦਾ ਵੀ ਹੈ। ਜਿਹੜਾ ਅਮਿਤ ਕੁਮਾਰ ਹੈ ਇਹ ਇਹਦੇ ਨਾਲ ਨਵਾਂ ਜੁੜਿਆ ਸੀਗਾ, ਕਿਉਂਕਿ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਅਤੇ ਇਸ ਚੱਕਰ ਦੇ ਵਿੱਚ ਇਹਨਾਂ ਦੀ ਯਾਰੀ ਦੋਸਤੀ ਹੈਗੀ ਹੈ। ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿਹਦੇ 'ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ, ਹੀਰੋ ਸਪਲੈਂਡਰ, ਔਰ ਇੱਕ ਐਕਟਿਵਾ ਬਰਾਮਦ ਹੋਈ ਹੈ ਬਿਨਾਂ ਨੰਬਰੀ। ਔਰ ਇਹ ਵੀ ਜੀ ਅਸੀਂ ਇਹਦੇ ਤਫਤੀਸ਼ ਕਰ ਰਹੇ ਹੈਗੇ ਵੀ ਇਹ ਓਨਰਸ ਕੌਣ ਨੇ, ਇਹ ਵੀ ਚੋਰੀ ਦੇ ਹੀ ਵਹੀਕਲਸ ਹੈਗੇ ਨੇ, ਅਤੇ ਦੌਰਾਨੇ ਇਹਨਾਂ ਨੂੰ ਜਿਹੜਾ ਹੁਣ ਅਸੀਂ ਪੇਸ਼ ਕਰਾਉਣਾ, ਦੌਰਾਨੇ ਰਿਮਾਂਡ ਇਹਨਾਂ ਤੋਂ ਸਾਰਾ ਇਹ ਤਫਤੀਸ਼ ਕੀਤੀ ਜਾਏਗੀ ਵੀ ਇਹਨਾਂ ਨੇ ਕਿੱਥੋਂ ਚੋਰੀ ਕੀਤਾ ਹੈਗਾ, ਔਰ ਉਹਦੇ ਸੰਬੰਧੀ ਅਗਰ ਕੋਈ FIR ਰਜਿਸਟਰ ਹੋਈ ਤਾਂ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਨਹੀਂ, ਇਹਨਾਂ ਕੋਲੋਂ ਕੈਸ਼ ਕੋਈ ਰਿਕਵਰ ਨਹੀਂ ਹੋਇਆ, ਪਰ ਇਹਨਾਂ ਦੇ ਦੱਸਣ ਮੁਤਾਬਕ ਕੁਛ 1100 ਰੁਪਇਆ ਹੀ ਸੀਗਾ ਉਹਦੇ ਵਿੱਚ, ਅਤੇ ਪਰ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਵਾਂ, ਕਿਉਂਕਿ ਮੈਂ ਦੱਸਿਆ ਜਿਵੇਂ ਕਿ ਇਹ ਬਹੁਤ ਹੀ ਉਹ ਨੋਟੋਰੀਅਸ ਨੇ, ਛੋਟੀ ਮੋਟੀ ਚੋਰੀਆਂ ਜਾਂ ਇਸ ਤਰੀਕੇ ਦੇ ਉਹ ਕਰਕੇ ਆਪਦੀ ਹੀ ਨਸ਼ੇ ਦੀ ਪੂਰਤੀ ਕਰਦੇ ਹੈਗੇ। ਇਹ ਦੋ ਹੀ ਨੇ ਮੈਮ ਕਿ ਇਹਨਾਂ ਨਾਲ ਕੋਈ ਹੋਰ ਵੀ ਜੁੜੇ ਹੋਏ ਨੇ? ਫਿਲਹਾਲ ਇਹਨੇ ਦੋ ਹੀ ਨੇ ਜੀ, ਪਰ ਅਸੀਂ ਇਹਨਾਂ ਦੀ ਰਿਮਾਂਡ ਦੇ ਦੌਰਾਨ ਪਤਾ ਕਰਾਂਗੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਇਹਨਾਂ ਨੇ ਮਾਰਦਾ। ਜਿਹੜੇ ਪਹਿਲੇ ਕੇਸ ਆ ਉਹਨਾਂ ਵਿੱਚ ਜਮਾਨਤ 'ਤੇ ਆ ਲੜਕਾ? ਹਾਂਜੀ, ਜਿਹੜਾ ਮੁੰਨਾ ਕੁਮਾਰ ਹੈ ਉਹਨਾਂ ਦੀ ਜਮਾਨਤ 'ਤੇ।